ਸਾਡਾ ਚੈਨਲ ਵੇਖਣ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਸਾਡੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਡੇ ਲਈ ਅੰਮ੍ਰਿਤਸਰ ਦੇ ਅੰਦਰ ਮਲਟੀ ਸਟੋਰੀ ਬਿਲਡਿੰਗ ਦੇ ਅੰਦਰ ਇੱਕ 2 ਬੀ ਐਚ ਕੇ ਦਾ ਫਲੈਟ ਲੈ ਕੇ ਆਏ ਹੈਗੇ ਆ ਕਾਫੀ ਅੱਛੀ ਪ੍ਰਾਈਮ ਲੋਕੇਸ਼ਨ ਔਰ ਗੇਟਿਡ ਸੁਸਾਇਟੀ ਦੇ ਅੰਦਰ ਇਹ ਫਲੈਟ ਲੋਕੇਟਿਡ ਹੈਗਾ ਜੀ ਮਲਟੀ ਸਟੋਰੀਆ ਬਿਲਡਿੰਗ ਹੈ ਇਹਦੇ ਅੰਦਰ ਲਿਫਟ ਵਗੈਰਾ ਲੱਗੀ ਹੋਈ ਹੈ ਆਓ ਆਪ ਜੀ ਨੂੰ ਫਲੈਟ ਅੰਦਰੋਂ ਚੈੱਕ ਕਰਵਾਈਏ ਫਲੈਟ ਦੇ ਅੰਦਰ ਐਂਟਰ ਕਰਦੇ ਤੋ ਹੀ ਸਭ ਤੋਂ ਪਹਿਲਾਂ ਦੇਖੋਗੇ ਤੇ ਕਾਫੀ ਵੱਡਾ ਹਾਲ ਏਰੀਆ ਆਪ ਜੀ ਨੂੰ ਦਿਖੇਗਾ इस एरिया अपना ड्राइंग रूम एरिया बना सकते हैं सामने रोशनी वेंटीलेशन की विंडो दी गई है पूरे अपार्टमेंट के अंदर फ्लोर के दे उपर देखोगे तो विट्रीफाइड टाइल लाई गई है। है। काफ़ी अच्छा व्डा है नीट एंड क्लीन पूरा फ्लैट है जी इस एरिया एरिए चाहो तो अपना डाइनिंग एरिया एरिया बना सकते है इतने तुम अपना फोर सीटर डाइनिंग टेबल ला सकते हो सामने वाले एरिए अपना सिटिंग एरिया बना के सोफा सैट वगैरह लगा सकते हो आओ आप जी नुकू किचन एरिया चेक करवाइए ਕਿਚਨ ਦੇ ਅੰਦਰ ਤੁਸੀਂ ਦੇਖੋਗੇ ਤਾਂ ਐਲ ਸ਼ੇਪ ਦਾ ਕਾਊਂਟਰ ਹੈਗਾ ਜੀ ਪ੍ਰੋਪਰ ਗ੍ਰੇਨੇਟ ਮਾਰਬਲ ਲਾਇਆ ਗਿਆ ਇੱਕ ਸਿੰਗਲ ਬੋਲ ਦਾ ਸਿੰਕ ਲਾਇਆ ਗਿਆ ਹੈਗਾ ਜੀ ਰੋਸ਼ਨੀ ਵੈਂਟੀਲੇਸ਼ਨ ਲਈ ਵਿੰਡੋ ਦਿੱਤੀ ਹੈ ਐਗਜ਼ੋਸਟ ਫੈਨ ਲਾਇਆ ਗਿਆ ਜੀ ਕਿਚਨ ਦੇ ਅੰਦਰ ਆਪ ਜੀ ਨੂੰ ਲੱਕੜ ਦਾ ਕੰਮ ਆਪ ਕਰਵਾਉਣਾ ਪਏਗਾ ਆਪਣੇ ਅਕੋਰਡਿੰਗ ਤੁਸੀਂ ਇਹਦੇ ਅੰਦਰ ਪੂਰਾ ਇੰਟੀਰੀਅਰ ਦਾ ਕੰਮ ਕਰਵਾ ਸਕਦੇ ਹੈਗੇ ਹੋ ਇਸ ਤੋਂ ਇਲਾਵਾ ਇਹਦੇ ਅੰਦਰ ਦੋ ਬੈਡਰੂਮ ਔਰ ਅਟੈਚ ਬਾਥਰੂਮ ਨੇ ਆਓ ਆਪ ਜੀ ਨੂੰ ਉਹ ਵੀ ਚੈੱਕ ਕਰਵਾਈਏ ਕਾਫੀ ਅੱਛੇ ਵੱਡੇ ਸਾਈਜ਼ ਦੇ ਬੈਡਰੂਮ ਹੈਗੇ ਨੇ ਜੀ ਬੈੱਡਰੂਮ ਦੇ ਅੰਦਰ ਹੀ ਤੁਸੀਂ ਦੇਖੋਗੇ ਤੇ ਡਬਲ ਬੈੱਡ ਵੀ ਲਾਇਆ ਗਿਆ ਕਲਮਾਰੀ ਬਣਾਈ ਗਈ ਹੈ ਇਕਰਾ ਪਿੱਛੇ ਬਾਲਕਨੀ ਨੂੰ ਜਾਂਦਾ ਹੈਗਾ ਜੀ ਇਸ ਤਰ੍ਹਾਂ ਦੇ ਅਪਾਰਟਮੈਂਟ ਜਿਹੜੇ ਹੈਗੇ ਨੇ ਸਰਵਿਸ ਕਲਾਸ ਵਾਲੇ ਵਰਕਿੰਗ ਵਾਲੇ ਲੋਕ इजीली ਲੈ ਲੈਂਦੇ ਨੇ ਔਰ ਅਗਰ ਤੁਸੀਂ ਇਹਨੂੰ ਰੈਂਟ ਆਊਟ ਵੀ ਕਰੋਗੇ ਤੇ ਕਾਫੀ इजीली ਤੁਹਾਨੂੰ ਇਹਦੇ ਉੱਪਰ 12 ਤੋਂ 15000 ਰੁਪਏ ਰੈਂਟ ਮਿਲ ਜਾਏਗਾ ਇਸ ਕਮਰੇ ਦੇ ਨਾਲ ਵੀ ਅਟੈਚ ਬਾਲਕਨੀ ਹੈਗੀ ਜੀ ਔਰ ਬਾਹਰ ਇੱਕ ਵੱਡਾ ਬਾਥਰੂਮ ਦਿੱਤਾ ਗਿਆ ਔਰ ਆਪ ਜੀ ਨੂੰ ਬਾਥਰੂਮ ਇਹ ਰਿਹਾ ਚੈੱਕ ਕਰਵਾइए ਕਾਫੀ ਅੱਛਾ ਵੱਡੇ ਸਾਈਜ਼ ਦਾ ਬਾਥਰੂਮ ਹੈਗਾ ਜੀ ਬੇਸਿਕ ਫਿਟਿੰਗ ਇਹਦੇ ਅੰਦਰ ਆਪ ਜੀ ਨੂੰ ਲਾ ਕੇ ਦਿੱਤੀ ਜਾ ਰਹੀ ਹੈ ਰੋਸ਼ਨੀ ਵੈਂਟੀਲੇਸ਼ਨ ਹੀ ਰੋਸ਼ਨਦਾਨ ਦਿੱਤਾ ਗਿਆ ਹੈਗਾ ਤੁਸੀਂ ਚਾਹੋ ਤੇ ਇਨਾਂ ਚੀਜ਼ਾਂ ਨੂੰ ਸਾਰਿਆਂ ਨੂੰ ਤੁਸੀਂ ਰੈਨੋਵੇਟ ਕਰ ਸਕਦੇ ਹੈਗੇ ਹੋ ਆਪਣੇ ਡਿਜ਼ਾਈਨ ਦੇ ਅਕੋਰਡਿੰਗ ਇਹਦੇ ਅੰਦਰ ਟਾਈਲ ਵਗੈਰਾ ਸਭ ਚੇਂਜ ਕਰਵਾ ਸਕਦੇ ਹੋ ਇਸ ਤੋਂ ਇਲਾਵਾ ਇੱਕ ਵੱਡਾ ਮਾਸਟਰ ਬੈੱਡਰੂਮ ਦਿੱਤਾ ਗਿਆ ਉਹ ਆਪ ਜੀ ਨੂੰ ਉਹ ਵੀ ਚੈੱਕ ਕਰਵਾਈਏ ਕਾਫੀ ਅੱਛਾ ਵੱਡੇ ਸਾਈਜ਼ ਦਾ ਇਹ ਬੈੱਡਰੂਮ ਹੈਗਾ ਜੀ ਇਹਦੇ ਅੰਦਰ ਵੀ ਪ੍ਰੋਪਰ ਦੇਖੋ ਡਬਲ ਬੈੱਡ ਲਾਇਆ ਗਿਆ ਇੱਕ अलमारी ਆਪ ਜੀ ਨੂੰ ਬਣਾ ਕੇ ਦਿੱਤੀ ਜਾ ਰਹੀ ਹੈਗੀ ਕਮਰੇ ਦਾ ਸਾਈਜ਼ ਕਾਫੀ ਅੱਛੇ ਹੈਗੇ ਨੇ ਬੜੇ ਆਰਾਮਜਨਕ ਛੋਟੀ ਫੈਮਿਲੀ ਇਹਦੇ ਅੰਦਰ ਪੜੇ ਆਰਾਮ ਨਾਲ ਰਹਿ ਸਕਦੀ ਹੈਗੀ ਇਹ ਇੱਕ ਕਮਰੇ ਦੇ ਨਾਲੂਏ ਅਟੈਚ ਬਾਥਰੂਮ ਹੈਗਾ ਔਰ ਇੱਕ ਵੱਡੀ ਬਾਲਕਨੀ ਏਰੀਆ ਦਿੱਤਾ ਗਿਆ ਰੋਸ਼ਨੀ ਵੈਂਟੀਲੇਸ਼ਨ ਲਈ ਵਿੰਡੋ ਦਿੱਤੀ ਗਈ ਹੈ ਆਓ ਆਪ ਜੀ ਨੂੰ ਪਹਿਲਾ ਬਾਥਰੂਮ ਏਰੀਆ ਚੈੱਕ ਕਰਵਾਈਏ ਬਾਥਰੂਮਾ ਦੇ ਅੰਦਰ ਬੇਸਿਕ ਸਾਰੀ ਟਾਈਲ ਔਰ ਫਿਟਿੰਗ ਲਗਾ ਕੇ ਆਪ ਜੀ ਨੂੰ ਦਿੱਤੀ ਜਾ ਰਹੀ ਹੈਗੀ ਇਹ ਰੋਸ਼ਨੀ ਵੈਂਟੀਲੇਸ਼ਨ ਲਈ ਰੋਸ਼ਨਦਾਨ ਦਿੱਤੇ ਗਏ ਹੈਗੇ ਨੇ ਕਾਫੀ ਅੱਛੇ ਵੱਡੇ ਸਾਈਜ਼ ਦੇ ਬਾਥਰੂਮ ਹੈਗੇ ਨੇ ਤੁਸੀਂ ਆਪਣੇ ਡਿਜ਼ਾਈਨ ਦੇ ਅਕੋਰਡਿੰਗ ਇਹਨਾਂ ਨੂੰ ਇੰਟੀਰੀਅਰ ਚੇਂਜ ਕਰਵਾ ਸਕਦੇ ਹੈ ਇਸ ਕਮਰੇ ਦੇ ਨਾਲ ਇੱਕ ਬਹੁਤ ਹੀ ਵੱਡੀ ਬਾਲਕਨੀ ਦਿੱਤੀ ਗਈ ਹੈ ਆਓ ਆਪ ਜੀ ਨੂੰ ਉਹ ਦਿਖਾਨੇ ਆ ਬਾਲਕਨੀ ਤੋਂ ਬਾਹਰ ਗਾਰਡਨ ਦਾ 뷰 ਆਉਂਦਾ ਹੈ ਬਹੁਤ ਹੀ ਅੱਛਾ 뷰 ਹੈਗਾ ਜੀ ਇੱਥੇ ਤੁਸੀਂ ਆਪਣਾ ਸਿਟਿੰਗ ਏਰੀਆ ਬਣਾ ਸਕਦੇ ਆਗੇਓ ਵਾਕਿੰਗ ਦੇ ਲਈ ਤੁਸੀਂ ਇੱਥੇ ਗਾਰਡਨ ਏਰੀਆ ਜਾ ਸਕਦੇ ਆਗੇਓ ਇਸ ਤੋਂ ਇਲਾਵਾ ਇਹਦੇ ਅੰਦਰ ਇੱਕ ਕਲੱਬ ਹਾਊਸ ਵੀ ਦਿੱਤਾ ਗਿਆ ਹੈਗਾ ਕਾਫੀ ਅੱਛੀ ਲੋਕੇਸ਼ਨ ਤੇ ਅੰਮ੍ਰਿਤਸਰ ਦੇ ਅੰਦਰ ਅਸੀਂ ਅੱਜ ਤੁਹਾਡੇ ਲਈ 2 ਬੀ ਐਚ ਕੇ ਦਾ ਫਲੈਟ ਲੈ ਕੇ ਆਏ ਹੈਗੇ ਆ ਕਾਫੀ ਅੱਛੇ ਰੇਟਾਂ ਦੇ ਅੱਜ ਦੀ ਅਸੀਂ ਆਫਰ ਤੁਹਾਡੇ ਲਈ ਲੈ ਕੇ ਆਏ ਹੈਗੇ ਆ ਜੇ ਤੁਸੀਂ ਇਹ ਫਲੈਟ ਡਾਇਰੈਕਟ ਕੰਪਨੀ ਤੋਂ ਲੈਂਦੇ ਹੋ ਤੇ ਉਹਨਾਂ ਦਾ ਰੇਟ ਬਟ ਇਹ ਸਾਡੇ ਕਲਾਇੰਟ ਦਾ ਫਲੈਟ ਹੈਗਾ ਜੇ ਉਹ ਆਪ ਜੀ ਨੂੰ ਸਿਰ 35 ਲੱਖ ਰੁਪਏ ਦੇ ਅੰਦਰ ਸੇਲ ਕਰ ਰਹੇ ਆ ਇਹ ਵੀ 네ਗੋਸ਼ੀਏਬਲ ਹੈ ਬੈਠ ਕੇ ਅਸੀਂ ਗੱਲ ਕਰ ਸਕਦੇ ਹੈਗੇ ਆ ਅੰਮ੍ਰਿਤਸਰ ਦੇ ਅੰਦਰ ਆਪਣੇ ਘਰ ਦੀ ਫ੍ਰੀ ਐਡ ਲਾਉਣ ਲਈ ਸਾਡੇ ਨਾਲ ਕੰਟੈਕਟ ਕਰੋ ਸਾਡਾ ਮੇਨ ਆਫਿਸ ਨਿਊ ਅੰਮ੍ਰਿਤਸਰ ਹੈ ਸੇਲ ਪਰਚੇਸ ਲਈ ਸਾਡੇ ਨਾਲ ਕੰਟੈਕਟ ਕਰੋ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ